ਵੱਡੇ ਹੋਏ ਕੂਲਰ ਦੇ ਵਿੱਚ ਸਬਜ਼ੀ ਲਾਈ ਆ ਤੁਹਾਨੂੰ ਆਪਣੇ ਦੇ ਰੋਟਾਵੇਟਰ ਪਾਇਆ ਜਾਣਕਾਰੀ ਤੁਸੀਂ ਸਾਡੀ ਵੀਡੀਓ ਵਿੱਚ ਵੇਖਿਆ ਜੀ ਤਾਂ ਦੋਸਤੋ ਤੁਸੀਂ ਸਬਜ਼ੀ ਤਾਂ ਹਰ ਇੱਕ ਬੰਦਾ ਹੀ ਲਾਉਂਦਾ ਘਰ ਵਾਸਤੇ ਕੋਈ ਖੇਲ ਤੇ ਲਾਉਂਦਾ ਕੋਈ ਪੱਧਰ ਕਰਕੇ ਲਾਉਂਦਾ ਤੇ ਆਪਾਂ ਵੱਡੇ ਹੋਏ ਕੂਲਰ ਦੇ ਵਿੱਚ ਸਬਜ਼ੀ ਲਾਈ ਆ ਤੁਹਾਨੂੰ ਵਿਖਾਉਨੇ ਆ ਵੀ ਉਹ ਕਿਵੇਂ ਲੱਗੂਗੀ ਤੇ ਕਿਵੇਂ ਹੋਊਗੀ ਪੂਰੀ ਜਾਣਕਾਰੀ ਤੁਸੀਂ ਸਾਡੀ ਵੀਡੀਓ ਵਿੱਚ ਵੇਖਿਆ ਜੀ ਵੀ ਆਪਾਂ ਕੂਲਰ ਦੇ ਵਿੱਚ ਗਾਜਰ ਵੀ ਤਿਆਰ ਕਰਨੀ ਆ ਮੂਲੀ ਵੀ ਕਰਨੀ ਪਾਲਕ ਵੀ ਕਰਨਾ ਧਨੀਆ ਵੀ ਕਰਨਾ ਤੇ ਇਹ ਆਪਾਂ ਚੱਕ ਕੇ ਰਸੋਈ ਦੇ ਨੇੜੇ ਵੀ ਲਿਜਾ ਸਕਦੇ ਤਾਂ ਦੋਸਤੋ ਅੱਜ ਆਪਾਂ ਆਰਗੈਨਿਕ ਸਬਜ਼ੀ ਘਰ ਵਾਸਤੇ ਤਿਆਰ ਕਰ ਰਹੇ ਹਾਂ ਕਿਉਂਕਿ ਹੁਣ ਬਾਜ਼ਾਰ ਦੇ ਵਿੱਚ ਸਬਜ਼ੀਆਂ ਤੁਹਾਨੂੰ ਪਤਾ ਬਹੁਤ ਤੇਜ਼ ਆ ਟਮਾਟਰ ਟਮੂਟਰ ਤਾਂ 200 ਰੁਪਏ ਕਿਲੋ ਹੋਏ ਫਿਰਦੇ ਤੇ ਆ ਨਵੀਂ ਆਪਾਂ ਧਨੀਆ ਤੇ ਸਲਗਮ ਹੋ ਗਿਆ ਜੀ ਇਹਦੇ 'ਚ ਧਨੀਆ ਲਾਵਾਂਗੇ ਜੀ ਇਹਦੇ 'ਚ ਲਾਵਾਂਗੇ ਜੀ ਚਿਕੰਦਰ ਕਿਉਂਕਿ ਅਗਲੇ ਇੱਕ ਮਹੀਨੇ ਤਾਈਂ ਆਪਣੇ ਮਾਲਟੇ ਦਾ ਬਾਗ ਸਟਾਰਟ ਆ ਅਤੇ ਉਹਦੇ ਵਿੱਚ ਫਿਰ ਆਪਾਂ ਚਿਕੰਦਰ ਦੀ ਵਰਤੋਂ ਕਰਾਂਗੇ ਅਤੇ ਇਹ ਆਪਣੇ ਕੋਲ ਆਈ ਮੂਲੀ ਇੱਕ ਕ੍ਰੇਟ ਦੇ ਵਿੱਚ ਮੂਲੀ ਲਾਵਾਂਗੇ ਅਤੇ ਇਹਦੇ ਵਿੱਚ ਆਪਾਂ ਲਾਵਾਂਗੇ ਜੀ ਗਾਜਰ ਇਹ ਚਿਕੰਦਰ ਹੈਗਾ ਜੀ ਆਪਣਾ ਸ਼ਲਗਮ ਹੈਗਾ ਰੈੱਡ ਕਲਰ ਦਾ ਇੱਕ ਤਾਂ ਆਉਂਦਾ ਹੁੰਦਾ ਥੱਲਿਓਂ ਉੱਪਰੋਂ ਚਿੱਟਾ ਅਤੇ ਥੱਲਿਓਂ ਥੋੜ੍ਹਾ ਜਿਹਾ ਨਾ ਜਾਮਨੀ ਰੰਗ 'ਚ ਇਹ ਆਪਣਾ ਨਵੀਂ ਵਰਾਇਟੀ ਆਈ ਹੈ ਜੀ ਪੂਰਾ ਰੈੱਡ ਆ ਇਹਨੂੰ ਆਪਾਂ ਇਹਦੇ ਵਿੱਚ ਲਾਵਾਂਗੇ ਕਿਉਂਕਿ ਇਹ ਜਿਹੜੀ ਤੁਸੀਂ ਦੇਖੋ ਜੀ ਟਰੇ ਆ ਜਿਹੜੀ ਇਹਦੀ ਉਚਾਈ ਆ ਜਿਹੜੀ ਘੱਟ ਆ ਕਿਉਂਕਿ ਜਿਹੜਾ ਨੇ ਚਿਕੰਦਰ ਨੇ ਜਾਂ ਸ਼ਲਗਮ ਨੇ ਜੜ੍ਹ ਥੱਲੇ ਜ਼ਿਆਦਾ ਡੂੰਘੀ ਨਹੀਂ ਲਿਜਾਣੀ ਉਹਨੇ ਉੱਤੇ ਉੱਤੇ ਹੀ ਆਪਦਾ ਉਹ ਬਣਨਾ ਸ਼ੁਰੂ ਹੋ ਜਾਣਾ ਅਤੇ ਧਨੀਏ ਨੂੰ ਵੀ ਆਪਾਂ ਛੋਟੀ ਟਰੇ 'ਚ ਕਰਾਂਗੇ ਅਤੇ ਜਿਹੜੀ ਇਹ ਟਰੇ ਆ ਇਹਦੀ ਡੂੰਘਾਈ ਦੇਖ ਲਓ ਕਿੰਨੀ ਆਈ ਤੁਸੀਂ ਕਿਉਂਕਿ ਇੰਨੀ ਡੂੰਘਾਈ ਹੈਗੀ ਇਹਦੇ ਵਿੱਚ ਆਪਾਂ ਦੋਵਾਂ ਦੇ ਵਿੱਚ ਗਾਜਰ ਲਾਵਾਂਗੇ ਅਤੇ ਇਹ ਜਿਹੜਾ ਕ੍ਰੇਟ ਆ ਇਹਦੇ ਨਾਲ ਦੇ 2 ਕ੍ਰੇਟ ਆਪਾਂ ਹੋਰ ਭਰ ਰਹੇ ਹਾਂ ਇਹਦੇ ਵਿੱਚ ਲਾਵਾਂਗੇ ਜੀ ਆਪਾਂ ਮੂਲੀ ਅਤੇ ਹੁਣ ਤੁਹਾਨੂੰ ਇਹ ਜਿਹੜੀ ਵੇਸਟਿੰਗ ਆ ਇਹ ਕੂਲਰ ਆ ਵੱਡੇ ਵੇ ਆਪਣੇ ਜੀ ਪਲਾਸਟਿਕ ਦੇ ਜਿਹੜੇ ਪੁਰਾਣੇ ਸੈਕਿੰਡ ਹੈਂਡ ਕੂਲਰ ਆ ਅਤੇ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਲਾਉਣਾ ਕਿਵੇਂ ਆ ਜੀ ਆਹ ਜਿਵੇਂ ਹੁਣ ਮੂਲੀ ਆ ਜੀ ਇਹ ਮੂਲੀ ਦੇ ਵਿੱਚ ਜਿਹੜੀ ਆਪਾਂ ਲਾਉਣ ਦੀ ਤੁਹਾਨੂੰ ਵਿਧੀ ਦੱਸਦੇ ਹਾਂ ਵੀ ਆਹ ਸੀਡ ਆਪਣੇ ਕੋਲ ਆ ਅਤੇ ਤੁਹਾਨੂੰ ਆਪਾਂ ਪ੍ਰੋਪਰ ਵਿਖਾਵਾਂਗੇ ਵੀ ਆਹ ਆਪਣੇ ਦੇ ਕੋਲ ਆ ਗਿਆ ਜੀ ਸੀਡ ਆਹ ਸੀਡ ਆ ਗਿਆ ਸਾਡਾ ਛੋਟਾ ਜਿਹਾ ਕਿਸਾਨ ਇਹ ਵੀ ਪੂਰੀ ਜਾਣਕਾਰੀ ਲੈ ਰਿਹਾ ਅਤੇ ਮੂਲੀ ਲਾਉਣ ਦਾ ਤਰੀਕਾ ਤੁਹਾਨੂੰ ਦੱਸਦਾ ਜੀ ਇਹ ਸਿਰਫ ਉਂਗਲ ਨੂੰ ਇੱਕ ਸੂਤ ਤਾਈਂ ਇਸ ਤਰ੍ਹਾਂ ਖਬੋਲੋ ਜੀ ਇਸ ਤਰ੍ਹਾਂ ਐਂ ਪ੍ਰੋਪਰ ਇਸ ਤਰੀਕੇ ਨਾਲ ਮੋਰੀ ਕੱਢੀ ਆਓ ਇਹਦੇ ਵਿੱਚ ਇੱਕ ਦਾਣਾ ਐਂ ਸਿੱਟੀ ਆਓ ਇੱਕ ਇੱਕ ਦਾਣਾ ਪ੍ਰੋਪਰ ਐਂ ਸਿੱਟ ਦਿਓ ਕਿਉਂਕਿ ਜਦੋਂ ਮੂਲੀ ਨੇ ਵਧਣਾ ਫੁੱਲਣਾ ਤਾਂ ਉਹਨੇ ਇਸ ਇੰਨਾ ਇੰਨਾ ਏਰੀਆ ਜਿਹੜਾ ਕਵਰ ਕਰਨਾ ਤਾਂ ਇਸ ਤਰ੍ਹਾਂ ਤੁਸੀਂ ਐਂਚੀ ਐਂਚੀ 'ਤੇ ਕਰਕੇ ਇੰਨੀ ਕੁ ਉਂਗਲ ਮਾਰਨੀ ਆ ਬਸ ਇਸ ਤਰ੍ਹਾਂ ਮੋਰੀਆਂ ਮਾਰ ਲਓ ਇਹਦੇ 'ਚ ਅਤੇ ਇਹਦੇ ਵਿੱਚ ਤੁਸੀਂ ਇੱਕ ਇੱਕ ਦਾਣਾ ਐਂ ਸਿੱਟੀ ਆਓ ਅਤੇ ਉੱਪਰੋਂ ਇਹਨੂੰ ਜਿਹੜਾ ਆਪਾਂ ਡਰੰਮੀ ਨਾਲ ਵੀ ਆਪਾਂ ਪਾਣੀ ਪਾ ਸਕਦੇ ਹਾਂ ਵੀ ਸੈੱਲ ਦੇਣੀ ਆ ਆਪਾਂ ਜ਼ਿਆਦਾ ਇਹਨੂੰ ਭਰ ਕੇ ਪਾਣੀ ਨਹੀਂ ਲਾਉਣਾ ਉੱਤੋਂ ਇਹਨੂੰ ਮੇਲ ਦਿਓ ਪਹਿਲਾਂ ਸਾਰੇ 'ਚ ਮੋਰੀਆਂ ਮਾਰ ਲਓ ਅਤੇ ਇਸ ਤਰ੍ਹਾਂ ਆਪਾਂ ਮੂਲੀ ਲਾਵਾਂਗੇ ਅਤੇ ਬਹੁਤ ਛੇਤੀ ਜਿਹੜੀ ਹੈਗੀ ਆ ਮੂਲੀ ਹੋਊਗੀ ਤਿਆਰ ਅੱਗੇ ਆ ਜਾਓ ਜੀ ਜਿਹੜੀ ਹੈਗੀ ਆਹ ਟਰੇਆਂ ਦੇ ਵਿੱਚ ਆਪਾਂ ਲਾਉਣਾ ਜੀ ਧਨੀਆ ਕੁਛ ਲਾਵਾਂਗੇ ਸਲਗਮ ਅਤੇ ਹੁਣ ਤੁਹਾਨੂੰ ਮੈਂ ਧਨੀਆ ਵੀ ਦੱਸਦਾ ਵੀ ਸਟਨ ਕੰਪਨੀ ਦਾ ਬਹੁਤ ਵਧੀਆ ਵਰਾਇਟੀ ਹੈ ਜੀ ਸਟਨ ਦੇ ਬਹੁਤ ਸੀਡ ਜਿਹੜੇ ਆ ਸਾਰੇ ਹੀ ਬਹੁਤ ਕਾਮਯਾਬ ਹੁੰਦੇ ਆ ਅਤੇ ਪ੍ਰੋਪਰ ਪੂਰੇ ਤਰੀਕੇ ਨਾਲ ਆਪਾਂ ਜਿਹੜਾ ਇਹ ਹੈਗਾ ਧਨੀਆ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਹੈਗਾ ਜੀ ਹਾਈਬ੍ਰਿਡ ਧਰੀਆ ਮਿਕਸ ਕਹਿ ਸਕਦੇ ਹਾਂ ਤਾਂ ਇਹ ਤੁਸੀਂ ਇਸ ਤਰ੍ਹਾਂ ਹੀ ਹੈ ਥੋੜ੍ਹੀ ਐਸੇ ਉਂਗਲ ਨਾਲ ਐਸੇ ਲਕੀਰ ਮਾਰ ਲਓ ਹਿੰਦੀ ਬੋਲ ਗਿਆ ਥੋੜ੍ਹੀ ਜਿਹੀ ਮੈਂ ਵਿੱਚ ਅਤੇ ਆਹ ਪੰਜਾਬੀ 'ਚ ਮੈਂ ਤੁਹਾਨੂੰ ਦੱਸਦਾ ਵੀ ਇਸ ਤਰ੍ਹਾਂ ਇਹਨੂੰ ਲਕੀਰਾਂ ਮਾਰੀ ਜਾਓ ਟਰੇ ਦੇ ਵਿੱਚ ਇਸ ਤਰ੍ਹਾਂ ਅਤੇ ਇਹਦੇ ਵਿੱਚ ਤੁਸੀਂ ਐਂ ਥੋੜ੍ਹਾ ਥੋੜ੍ਹਾ ਐਂ ਧਨੀਆ ਕੇਰ ਦਿਓ ਇਸ ਤਰ੍ਹਾਂ ਹੀ ਇਹ ਤੁਹਾਨੂੰ ਆਪਾਂ ਔਰਗੈਨਿਕ ਸਬਜ਼ੀ ਜਿਹੜੀ ਵਿਧੀ ਆ ਉਹਦੇ ਬਾਰੇ ਦੇ ਰਹੇ ਹਾਂ ਜਾਣਕਾਰੀ ਤੁਹਾਨੂੰ ਪੂਰੀ ਪ੍ਰੋਪਰ ਅਤੇ ਇਹ ਜਦੋਂ ਇਸ ਤਰ੍ਹਾਂ ਤੁਸੀਂ ਉੱਤੇ ਮੁੜ ਕੇ ਇਹਦੇ ਹੱਥ ਮਾਰ ਦਿਓ ਜੀ ਹੱਥ ਮਾਰ ਕੇ ਅਤੇ ਇਹਨੂੰ ਆਪਾਂ ਡਰੰਮੀ ਨਾਲ ਹਲਕਾ ਜਿਹਾ ਪਾਣੀ ਹੱਥ ਨੂੰ ਸਵੇਰ ਦੇਵਾਂਗੇ ਇਸੇ ਤਰ੍ਹਾਂ ਇਹ ਧਨੀਆ ਉੱਗੂਗਾ ਸਾਰਾ ਇਹ ਆਪਾਂ ਉਦੋਂ ਬਾਅਦ ਸਾਰਾ ਪ੍ਰੋਪਰ ਬੀਜਾਂਗੇ ਇਸੇ ਤਰ੍ਹਾਂ ਹੀ ਗਾਜਰ ਨੂੰ ਬੀਜਾਂਗੇ ਇਸੇ ਤਰ੍ਹਾਂ ਹੀ ਸਲਗਮ ਬੀਜਾਂਗੇ ਤਾਂ ਜਿੱਦਣ ਇਹ ਪ੍ਰੋਪਰ ਸਾਰੀਆਂ ਵਰਾਇਟੀਆਂ ਉੱਗੀਆਂ ਆਈਆਂ ਉਦਣ ਵੀ ਵੀਡੀਓ ਪਾਵਾਂਗੇ ਅਤੇ ਜਿੱਦਣ ਇਹ ਪ੍ਰੋਪਰ ਖਾਣ ਯੋਗ ਹੋ ਗਈਆਂ ਤਿਆਰ ਹੋ ਗਈਆਂ ਉਦਣ ਵੀ ਆਪਾਂ ਤੁਹਾਨੂੰ ਪੂਰੀ ਵੀਡੀਓ ਪਾਵਾਂਗੇ।
ਤਾਂ ਧੰਨਵਾਦ ਜੀ।